हाँ जी बताए भाई। सर एक बूटे दे विचों चार शाखा छड़नी है, दो थले दो उत्ते, उस तो बाद वाया रखना है तकरीबन 5 फुट 6 फुट। पौधे से पौधे का फाया? नहीं वो जड़ी उत्ते ते तार दे उत्ते सूटियां होंगी जड़ी। अच्छा उसका वाया रखना 4 से 5 फुट, उसके बीच बीच अंगूर लेना 10 गुच्छे रख लेने, बाकी गुच्छे कट देने। ठीक है। उस तो बाद इधर भैया तुम्हें 10,000 बंदा तू कारीगर है साडे नाल। मैं नु पुछो कि दस ना मैं पूछ ले। इथे 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 कलोगे 10,000। हां जी इथे ए आ गया जी 10। ये दी कास्ट दा तरीका दसना? हां जी कास्ट दा बिल्कुल दा वाया ते इधर लाइन टू लाइन 7 फुट 10 फुट, पौधे तो पौधे जेड़ा 7 फुट। ठीक है जी। ठीक है ते पिलर ला लेने जिस तरह मशीन सामने लगे है। हां जी ठीक है। 7 फुट ये नु जमीन ते नहीं उगदी, वेर नु जमीन ते नहीं आउन देना। ठीक है। सीधी उठे लियाओ ते फिर एदियां चार शाखा कड्डो, पहली तार ते दो तारा पानी पिलर दे उते। जी जी ठीक 5 फुट तक। नजदीक लगे ज्यादा नजदीक है बिलकुल सही है। ਜਿੱਦਾਂ ਕਿਸੇ ਦਾ ਜ਼ਿਹਨ ਲੱਗਾ ਤੇ ਕਾਸ਼ਤਕਾਰੀ ਕਰਦੇ ਕਿਹੜੇ ਸੀਜ਼ਨ ਚ ਹੈ ਇਹਦੀ? ਇਹਦੀ ਕਾਸ਼ਤਕਾਰੀ ਤਕਰੀਬਨ ਫਰਵਰੀ ਚ ਵੇਲਾਂ ਲਾ ਜਾਂਦੇ ਨੇ। ਸਹੀ ਤਿਆਰ ਵੇਲ ਫਰਵਰੀ ਚ ਲਾ ਲਓ। ਫਰੂਟਿੰਗ ਕਿਦੋਂ ਸ਼ੁਰੂ ਕਰ ਦਿੰਦੀ ਫਿਰ? ਫਰੂਟਿੰਗ ਯਕਮ ਮਾਰਚ ਤੋਂ ਇਹ ਨੇ ਗਰੋਥ ਇਹਦੀ ਯਾਨੀ ਬੇਦੀ ਜਰ ਫੁੱਟ ਸ਼ੁਰੂ ਹੋ ਜਾਣੀ ਹੈ। ਸਹੀ ਫਿਰ ਤੋਂ ਬਾਅਦ ਇਹ 1 ਜੂਨ ਦੇ ਪਹਿਲੇ ਹਫਤੇ ਪੱਕ ਕੇ ਤਿਆਰ ਹੈ। ਸਹੀ ਰੇਟ ਸਹੀ ਮਿਲ ਜਾਂਦਾ ਇਹਦਾ ਇੱਥੇ ਆਪਣੇ ਐਸ ਆਪਣੇ ਬਹਾਵਲਪੁਰ ਦੇ ਏਰੀਆ ਚ? 100 ਰੁਪਏ ਕਿਲੋ। 100 ਰੁਪਏ ਕਿਲੋ ਤਕਰੀਬਨ ਮਾਰਕੀਟਿੰਗ ਹੋ ਜਾਂਦੀ। 1 ਏਕੜ ਜੋ ਤਕਰੀਬਨ ਕਿੰਨੇ ਕਿਲੋ ਨਿਕਲ ਆਉਂਦਾ ਕੋਈ ਆਈਡੀਆ ਹੈ ਇਹਦਾ? ਆਈਡੀਆ ਯਾਨੀ ਮੈਨੇਜ ਹੋ ਜੇ ਅਗਰ ਇਹ ਅਗਰ ਵੇਲਾਂ ਦੀ ਉਮਰ ਤੇ ਡਿਪੈਂਡ ਕਰਦਾ। ਸਹੀ ਜਿੰਨੀ ਵੇਲ ਵੱਡੀ ਹੁੰਦੀ ਜਾਊਗੀ ਉਹਦੀ ਪੈਦਾਵਾਰ ਵੱਧਦੀ ਜਾਊਗੀ। ਅੱਛਾ ਯਾਨੀ ਕਮ ਸੇ ਕਮ ਉਹਦਾ ਜਿਹੜਾ ਤਨਾ ਵਾ ਮੋਟਾ ਹੋ ਜੇ ਜਿਹੜਾ ਐਵੇਂ ਨਾ ਤੇ ਮੋਟਾ ਵੀ ਹੋ ਜਾਂਦਾ ਉਹਦੀ ਲੰਬਾਈ। ਠੀਕ ਹੈ ਲੰਬਾਈ ਤੇ 5 ਫੁੱਟ ਹੀ ਰੱਖਣੀ ਹੈ ਨਾ? ਹਾਂਜੀ 5 ਫੁੱਟ ਦੇ ਵਿੱਚ ਇਹ ਦੇਖੋ ਐਗ ਪਹਿਲੇ 1 ਸੀਗੀ ਤੇ 3 ਹੋ ਗਈਆਂ ਹੁਣ। ਸਹੀ ਇਹ ਨੈਕਸਟ ਟਾਈਮ ਇਹਨਾਂ ਦੇ ਵਿੱਚੋਂ 4 ਵੀ ਹੋ ਜਾਣਗੇ। ਇਹ ਇਦਾਂ ਜਿਵੇਂ ਪੰਡਾ ਗੁੱਛੇ ਬਣ ਜਾਣਗੇ ਆ ਰੇਖਾ। ਜੀ ਜੀ ਬਿਲਕੁਲ ਆ ਜਿਵੇਂ ਇਹ ਇਹ ਖੜਾ ਇਹ ਵਾਲਾ ਜੀ ਇਹ ਗੁੱਛਾ ਬਣੀ ਹੈ। ਸਹੀ ਇਹ ਆ ਗੁੱਛੇ ਬਣੀ ਹੈ ਬਿਲਕੁਲ। ਇਹ ਹੁਣ 1 ਵੇਲ ਨਹੀਂ ਇਹ ਸਮਝੋ ਇਥੋਂ 8-10 ਵੇਲਾਂ ਨਿਕਲ ਆਈਆਂ। ਹਾਂਜੀ ਹਾਂਜੀ ਜਦੋਂ ਸ਼ਾਖਾਂ ਨਿਕਲੇ ਹੋਣਗੀਆਂ ਅੰਗੂਰ ਲੱਗ ਜਾਣਗੇ ਇਹਨੂੰ। ਹਾਂਜੀ ਇਹ ਅਪ੍ਰੈਲ ਦੇ ਵਿੱਚ ਦਾਣਾ ਬਣ ਜਾਂਦਾ ਇਹਦਾ। ਸਹੀ ਜਦੋਂ ਦਾਣਾ ਬਣ ਜਾਵੇ ਵੇਲ ਜਿੰਨੀ ਅੱਗੇ ਵਧ ਗਈ ਥੋੜਾ ਜਿਹਾ ਅੱਗੇ ਕਰ ਕੇ ਉਹਦੀ ਬਰੂਨਿੰਗ ਕਰਨੀ ਫਿਰ ਉਹਦੀ। ਸਹੀ ਹੈ ਸਪਰੇਅ ਵਗੈਰਾ ਦੇ ਫੰਗਸ ਵਗੈਰਾ ਸੁਣਿਆ ਬਿਮਾਰੀਆਂ ਨੂੰ ਬਹੁਤ ਜ਼ਿਆਦਾ ਫੰਗਸ ਲੱਗਦੀ ਹੈ। ਅੱਛਾ ਫੰਗਸ ਵਾਸਤੇ ਇਹਨੂੰ ਹੁਣ ਕਟਾਈ ਹੋ ਗਈ ਹੈ ਨਾ ਇਹਦੀ, ਹੁਣ ਇਹਨੂੰ ਉਹ ਐਂਟੀ ਫੰਗਸ ਸਪਰੇਅ ਕਰਨੀ ਹੈ ਕਿਉਂਕਿ ਹੁਣ ਵੀ ਇਹਦੇ ਜਿਹੜੀਆਂ ਫਰੂਟਿੰਗ ਕਟਿੰਗ ਵਾਲੀ ਜਗ੍ਹਾ ਦੇ ਉੱਤੇ ਹੈ ਇੱਥੇ ਬਿਮਾਰੀ ਦਾ ਅਟੈਕ ਹੋ ਸਕਦਾ। ਜ਼ਖਮੀ ਹੋ ਗਈਆਂ ਨਾ ਸਾਰੀਆਂ ਕਿਉਂਕਿ ਇੱਥੋਂ ਤੋਂ ਪਾਣੀ ਸਫੈਦ ਕਲਰ ਦਾ ਉਹ ਵੀ ਨਿਕਲਦਾ ਹੁੰਦਾ ਅਕਸਰ ਹੈ ਨਾ? ਉਹ ਨਿਕਲ ਰਿਹਾ ਪਿੱਛੇ ਸ਼ੁਰੂ। ਹਾਂਜੀ ਇਹ ਬਲਕਿ ਇਹ ਨਿਕਲਣਾ ਸ਼ੁਰੂ ਹੋ ਗਿਆ ਹੈ। ਹਾਂਜੀ ਹਾਂਜੀ ਉਹਦੇ ਵਾਸਤੇ ਕੀ ਫਿਰ ਸਪਰੇਅ ਕਰਦੇ ਤੁਸੀਂ ਵਕਤੀ ਤੌਰ ਤੇ? ਟਾਪਸਨ ਐਮ ਕਰਦੇ। ਟਾਪਸਨ ਐਮ ਹਾਂ ਐਂਟੀ ਫੰਗਸ ਆ ਇਬਤਦਾਈ ਤੇ ਸੈਕੰਡਰੀ ਉਹਦੇ ਵਾਸਤੇ ਫੰਗਸ ਵਾਸਤੇ ਜਿੰਨੀ ਮਾਰੂਫ ਕੰਪਨੀ ਉਹਨੀ ਮਹਿੰਗੀ ਸਸਤੀ। ਸਹੀ ਐਫ ਐਮ ਸੀ ਦੀ ਵੀ ਹੈਗੀ ਆ, ਆਈ ਸੀ ਆਈ ਦੀ ਵੀ ਹੈਗੀ ਆ। ਯਾਨੀ ਮਲਟੀਨੈਸ਼ਨਲ ਹੋਵੇ ਲੋਕਲ ਤੋਂ ਬਚੋ। ਸਾਰੇ ਲੋਕਲ ਕੋਲ ਵੀ ਹੈਗੀਆਂ ਉਥਾਇਓਫਨੇਟ। ਨਹੀਂ ਲੋਕਲ ਦਾ ਫਿਰ ਉਹ ਰਿਜ਼ਲਟ ਨਹੀਂ ਮਿਲਦਾ ਨਾ? ਹਾਂਜੀ ਹਾਂਜੀ ਉਥਾਇਓਫਨੇਟ ਮਿਥਾਇਲ ਜ਼ਹਿਰ ਹੀ ਹੈਗੀ ਆ। ਹਾਂਜੀ 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 ਬਿਲਕੁਲ ਥੀਮਟ ਆ ਗਿਆ ਉਹ ਸੇਖ ਵਾਸੀ ਵੀ ਵਾਸਤੇ ਦੀਮਕ ਵਾਸਤੇ ਨਾ? ਜਿਹੜੇ ਦੀਮਕ ਵਾਸਤੇ ਥੱਲੇ ਦਵਾਈ ਫਲੱਡ ਕਰਨ ਕਲੋਰੀ ਪੈਰੀਫਾਸ ਨਾ? ਕਲੋਰ ਪੈਰੀਫਾਸ ਥੱਲੇ ਫਲੱਡ ਕਰਦੇ ਨੇ। ਸਹੀ ਹੈ ਨਾਲ ਥਾਇਓਫਨੇਟ ਵੀ ਪਾ ਲੈਂਦੇ। ਥਾਇਓਫਨੇਟ ਠੀਕ ਹੋ ਗਿਆ। ਔਰ ਜਦੋਂ ਫਰੂਟ ਨਿਕਲ ਆਂਦਾ ਉਦੋਂ ਕਿਹੜੀ ਸਪਰੇਅ ਕਰਨੀ ਇਹਨੂੰ? ਉਹ ਐਂਟੀ ਫੰਗਸ ਹੀ ਇਹ ਯਾਨੀ ਟਾਪਸਨ ਐਮ ਨਹੀਂ ਨਹੀਂ ਜ਼ਰੂਰੀ ਨਹੀਂ ਟਾਪ ਫਿਰ ਇਹਦੇ ਨਾਲ ਮਿਲਦੀ ਜੁਲਦੀ ਯਾਨੀ ਐਂਟੀ ਫੰਗਸ ਹੀ ਹੋਵੇ। ਐਂਟੀ ਫੰਗਸ ਹੀ ਹੁੰਦੀ ਹੈ। ਸਹੀ ਹੋ ਗਿਆ ਤੇ ਫਰੂਟ ਵਗੈਰਾ ਵਾਸਤੇ ਫਿਰ ਪੈਕ ਕਰਨ ਵਾਸਤੇ ਤੁਸੀਂ ਆਪਦੀ ਪੇਟੀਆਂ ਬਣਵਾਣੇ ਕੀ ਕਰਦੇ? 4 ਕਿਲੋ ਵਾਲੀ ਪੇਟੀ ਖੁਦ ਬਣਵਾਣੇ ਆ? ਨਹੀਂ ਹਾਂ ਬਣੀ ਬਣਾਈ ਮਿਲ ਜਾਂਦੀ। ਬਣੀ ਬਣਾਈ ਆ ਫਰੂਟ ਵਾਲੀਆਂ ਪੁਰਾਣੀਆਂ ਪੇਟੀਆਂ ਮਿਲ ਜਾਂਦੀਆਂ।
ਅੱਛਾ ਉਹਦੇ ਵਿੱਚ ਰੀਸਾਈਕਲ ਕਰਕੇ ਉਹਨੂੰ ਯਾਨੀ ਕਿ ਰੀਯੂਜ਼ ਕਰ ਲੈਣੇ ਬੇਟੀ ਨੂੰ ਰਿਪੇਅਰ ਕਰਨਾ ਹੈਗਾ ਹਾਂਜੀ 4 ਕਿਲੋ ਦੀ ਪੈਕਿੰਗ ਕਰਕੇ ਮੰਡੀ ਭੇਜ ਦਿੰਦੇ ਸਹੀ ਅਰਨਿੰਗ ਅੱਛੀ ਹੋ ਜਾਂਦੀ ਹੈ ਨਾ ਜਾਂ ਇਹਦੇ ਨਾਲੋਂ ਵੀ ਕੋਈ ਬਿਹਤਰ ਆ ਦੂਸਰੀ ਫਸਲ ਕਿੰਨੂੰ ਬਿਹਤਰ ਆ ਜਾਂ ਅੰਗੂਰ ਬਿਹਤਰ ਆ ਦੋਨਾਂ ਦੇ ਵਿੱਚ ਮਵਾਜ਼ਨਾ ਕਰੋ ਸਾਡਾ ਐਕਸਪੀਰੀਅੰਸ ਤੇ ਕਿੰਨੂੰ ਬਿਹਤਰ ਆ ਕਿੰਨੂੰ ਬਿਹਤਰ ਆ ਹਾਂਜੀ ਇੱਧਰ ਨੂੰ ਘਰ ਨੂੰ ਆ ਜਾਓ ਜੀ ਮਿਹਰਬਾਨੀ ਭਾਈ ਇਸ ਵਕਤ ਹੀ ਆ ਜਾਓ ਹਾਂਜੀ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਹਾਂਜੀ।